ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਪੂਰੇ ਸੂਬੇ ਭਰ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਵੋਟਾਂ ਪਾਉਣ ਲਈ ਟ੍ਰੇਨਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਨਾਭਾ ਵਿਧਾਨ ਸਭਾ ਹਲਕਾ 109 ਵਿੱਚ 201 ਪੋਲਿੰਗ ਬੂਥ ਬਣਾਏ ਗਏ ਨੇ। ਇਹਨਾਂ ਬੂਥਾਂ ਤੇ 1203 ਸਰਕਾਰੀ ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ ਅਤੇ ਇਹਨਾਂ ਨੂੰ ਅੱਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੇਨਿੰਗ ਦਿੱਤੀ ਗਈ ਹੈ। ਇਸ ਮੌਕੇ ਤੇ ਸਹਾਇਕ ਰਿਟਰਨਿੰਗ ਆਫੀਸਰ ਸੁਰਾਜ ਅਹਿਮਦ ਨੇ ਕਿਹਾ ਕਿ ਇਹਨਾਂ ਸਾਰੇ ਕਰਮਚਾਰੀਆਂ ਨੂੰ ਚੋਣਾਂ ਦੇ ਸੰਬੰਧ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ ਕਿ ਵੋਟਰਾਂ ਤੋਂ ਕਿਸ ਤਰ੍ਹਾਂ ਵੋਟ ਪਵਾਉਣੀ ਹੈ। ਵਿਧਾਨ ਸਭਾ ਹਲਕਾ ਸਾਡੇ ਕੋਲ ਹੈ, ਮੈਂ 109 ਵਿਧਾਨ ਸਭਾ ਹਲਕਾ ਦਾ ਏਆਰਓ ਹਾਂ। ਸਾਨੂੰ ਅੱਜ ਜ਼ਿਲ੍ਹਾ ਇਲੈਕਸ਼ਨ ਦਫ਼ਤਰ ਵੱਲੋਂ 1203 ਪੋਲਿੰਗ ਸਟਾਫ ਨੂੰ ਡਿਊਟੀ ਹਾਜ਼ਰ ਟ੍ਰੇਨਿੰਗ ਦੇਣ ਲਈ ਅਲਾਟ ਕੀਤੇ ਗਏ ਸਨ। ਅਸੀਂ ਉਹਨਾਂ ਨੂੰ 50-50 ਇੱਕ ਕਮਰੇ 'ਚ 50-50 ਵਿਅਕਤੀ ਬਿਠਾ ਕੇ 16 ਸੈਕਟਰ ਅਫਸਰ ਲਾ ਕੇ ਉਹਨਾਂ ਨੂੰ ਰਿਹਰਸਲ ਕਰਾਈ ਗਈ ਹੈ। ਉਹ ਤੋਂ ਬਾਅਦ ਜਿਹੜੀ ਹੁਣ ਨੈਕਸਟ ਰਿਹਰਸਲ ਹੈ ਉਹ ਆਊਗੀ, ਉਹਨਾਂ ਨੂੰ ਜਿੱਥੇ ਜਿੱਥੇ ਪੋਲਿੰਗ ਸਟੇਸ਼ਨ ਅਲਾਟ ਕੀਤੇ ਜਾਣਗੇ ਉਹਨਾਂ ਪੋਲਿੰਗ ਪਾਰਟੀਆਂ ਬਣ ਕੇ ਆਉਣਗੀਆਂ। ਅੱਜ ਦੀ ਡੇਟ ਸਾਡੇ ਕੋਲ ਕੋਈ ਪੋਲਿੰਗ ਪਾਰਟੀ ਨਹੀਂ ਹੈ, ਸਿਰਫ ਪ੍ਰਜਾਈਡਿੰਗ ਅਫਸਰ ਆਲਟਰਨੇਟਿਵ ਪ੍ਰਜਾਈਡਿੰਗ ਅਫਸਰ ਪੋਲਿੰਗ ਅਫਸਰ ਨੇ, ਜਿਨ੍ਹਾਂ ਨੂੰ ਹਾਲੇ ਪੋਲਿੰਗ ਬੂਥ ਅਲਾਟ ਨਹੀਂ ਕੀਤੇ ਗਏ ਨਾ ਹੀ ਪਾਰਟੀਆਂ ਬਣਾਈਆਂ ਗਈਆਂ ਨੇ। ਸਾਡੇ ਕੋਲ 1203 ਆਏ ਸੀ, ਉਹਨਾਂ ਨੂੰ ਅਸੀਂ ਰਿਹਰਸਲ ਕਰਾ ਟ੍ਰੇਨਿੰਗ ਦੇ ਦਿੱਤੀ ਹੈ, EVM ਚਲਾਉਣ ਦੀ ਵੀ ਦੇ ਦਿੱਤੀ ਹੈ, 21 ਕਮਰੇ 'ਚ ਬਿਠਾ ਕੇ ਦਿੱਤੀ ਗਈ ਹੈ। ਸਪੈਸ਼ਲ ਵੀ ਇਹੀ ਦਿੱਤੀਆਂ ਗਈਆਂ ਵੀ ਧਿਆਨ ਨਾਲ ਇਮਾਨਦਾਰੀ ਨਾਲ ਵੋਟਿੰਗ ਕਰਾਉਣੀ ਹੈ, ਕਿਸੇ ਦਾ ਪੱਖਪਾਤ ਨਹੀਂ ਕਰਨਾ, ਕਿਸੇ ਨੂੰ ਤਰਜੀਹ ਨਹੀਂ ਦੇਣੀ। ਜੋ ਬੰਦਾ ਵੋਟਰ ਹੈ ਉਹ ਵੋਟ ਪਾਉਣ ਦਾ ਹੱਕ ਰੱਖਦਾ। ਅਸੀਂ ਇਹਨਾਂ ਨੂੰ ਦੱਸ, ਜਿਹੜੇ ਸਾਡੇ ਕਰਮਚਾਰੀ ਡਿਊਟੀ 'ਤੇ ਲਾਏ ਹੋਏ ਨੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਵੀ ਡਿਊਟੀ ਵੋਟ ਪਾਉਣ ਦਾ ਹੱਕ ਹੈ ਆਪਣਾ, ਉਹਨਾਂ ਤੋਂ ਫਾਰਮ ਭਰਵਾ ਕੇ ਅਸੀਂ ਲਏ ਨੇ, ਅਸੀਂ ਉਹਨਾਂ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਾਂਗੇ। ਇਹ ਅਲੱਗ ਅਲੱਗ ਵਿਭਾਗਾਂ, ਪੂਰੇ ਜ਼ਿਲ੍ਹੇ ਦੇ ਵਿੱਚੋਂ ਕਿਸੇ ਵੀ ਡਿਪਾਰਟਮੈਂਟ ਦੇ ਬੰਦੇ ਨੇ, ਕੁਛ ਇੱਕ ਸਪੈਸੀਫਿਕ ਇੱਕ ਡਿਪਾਰਟਮੈਂਟ ਦੇ ਨਹੀਂ, ਵੱਖ ਵੱਖ ਡਿਪਾਰਟਮੈਂਟਾਂ ਦੇ ਨੇ। ਓਕੇ, ਥੈਂਕ ਯੂ। ਬਿਲਕੁਲ ਵਧੀਆ ਇਨਫੋਰਮੇਸ਼ਨ ਦਿੱਤੀ ਗਈ ਹੈ ਸਾਨੂੰ ਔਰ ਅੱਛੇ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਹੈ। ਸਾਡੀ ਹਾਜ਼ਰੀ ਲੱਗਣ ਤੋਂ ਬਾਅਦ ਸਾਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਹੈ। ਮੈਂ ਇੱਕ ਪ੍ਰੈਜ਼ਾਈਡਿੰਗ ਆਫੀਸਰ ਦੇ ਤੌਰ ਤੇ ਇੱਥੇ ਡਿਊਟੀ ਲਈ ਆਇਆ। ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ ਕਿ ਉਹ ਜਿਹੜਾ ਵੋਟ ਪਾਉਣ ਦਾ ਸਿਸਟਮ ਹੈ, ਜਿਹੜਾ ਮਸ਼ੀਨਾਂ ਦੇ ਵਿੱਚ ਹੈ, ਉਹ ਕਿਸ ਤਰ੍ਹਾਂ ਅਸੀਂ ਮਸ਼ੀਨ ਨੂੰ ਚਲਾਉਣਾ ਹੈ, ਕਿਸ ਤਰ੍ਹਾਂ ਉਸ ਮੋਕ ਪੋਲਿੰਗ ਕਰਕੇ ਦਿਖਾਉਣੀ ਹੈ, ਇਸ ਤਰ੍ਹਾਂ ਅੱਛੇ ਤਰੀਕੇ ਨਾਲ ਟ੍ਰੇਨਿੰਗ ਦਿੱਤੀ। ਨਾਭਾ ਤੋਂ ਕੁਲਦੀਪ ਸਿੰਘ ਦੀ ਰਿਪੋਰਟ, ਜਗ ਸੇਵਕ, ਵੈਬ ਟੀਵੀ।